ਧੰਨ ਵਾਹਿਗੁਰੂ ਸਾਹਿਬ ਜੀ। ਆਮੈ ਸ਼ੁਕਰ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰ ਨਵ ਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਪਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਗੁਰ ਬਿਨ ਗਿਆਨ ਨਾ ਹੋਵੇ, ਨਾ ਸੁਖ ਵਸੈ ਮਨ ਆਏ। ਨਾਨਕ ਨਾਮ ਵਿਹੂਣੇ ਮਨ ਮੁਖੀ, ਜਾਸਨ ਜਨਮ ਗਵਾਏ। ਗੁਰ ਬਿਨ ਗਿਆਨ ਨਾ ਹੋਵੇ, ਨਾ ਸੁਖ ਵਸੈ ਮਨ ਆਏ। ਨਾਨਕ ਨਾਮ ਵਿਹੂਣੇ ਮਨ ਮੁਖੀ, ਜਾਸਨ ਜਨਮ ਗਵਾਏ। ਮਹੱਲਾ ਤੀਜਾ। ਸਿੱਧ ਸਾਧਿਕ ਨਾਵੈ ਨੋ ਸਭ ਖੋਜਦੇ, ਥੱਕ ਰਹੇ ਲਿਵ ਲਾਏ। ਬਿਨ ਸਤਿਗੁਰ ਕਿਨੈ ਨਾ ਪਾਇਓ, ਗੁਰਮੁਖ ਮਿਲੈ ਮਿਲਾਏ। ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ। ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ। ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵ ਹੈ ਹਰ ਗੁਣ ਛੰਤਾ। ਹਰ ਕੀਰਤਨ ਕਰ ਹੈ ਹਰ ਜਸ ਸੁਣ ਹੈ, ਤਿਸ ਕਵਲਾ ਕੰਤਾ। ਹਰ ਦਾਤਾ ਸਭ ਜਗਤ ਭਿਖਾਰੀਆ, ਮੰਗਤ ਜਨ ਜਨਤਾ। ਹਰ ਦੇਵ ਹੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਜਨ ਨਾਨਕ ਨਾਮ ਧਿਆਏ ਆ, ਗੁਰਮੁਖ ਧਨਵੰਤਾ। ਹਰ ਦੇਵ ਹੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਜਨ ਨਾਨਕ ਨਾਮ ਧਿਆਏ ਆ, ਗੁਰਮੁਖ ਧਨਵੰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਕਿਰਪਾਲੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਇਹ ਪਾਵਨ ਸ਼ਬਦ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ। ਸੋਲਠ ਰਾਗ ਦੀ ਵਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਤਬਿੰਦ ਤੋਂ ਉਚਾਰੀ ਹੋਈ, ਜਿਸ ਦੇ ਆਰੰਭਿਕ ਸਲੋਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਲਿਖੇ ਹੋਏ ਨੇ। ਕਿਰਪਾਲੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਗੁਰ ਬਿਨ ਗਿਆਨ ਨਾ ਹੋਵਈ,
ਨਾ ਸੁਖ ਵਸੈ ਮਨ ਆਏ, ਨਾਨਕ ਨਾਮ ਵਿਹੂਣੇ ਮਨ ਮੁਖੀ, ਜਾਸਨ ਜਨਮ ਗਵਾਏ। ਪਹਿਲੇ ਸਲੋਕ ਦੇ ਵਿੱਚ ਦੋ ਪੰਕਤੀਆਂ ਨੇ, ਦੋਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਫ ਲਫਜ਼ਾਂ ਦੇ ਵਿੱਚ ਕੁਝ ਗੱਲਾਂ ਆਖੀਆਂ ਨੇ। ਸਾਹਿਬ ਕਹਿੰਦੇ ਨੇ ਗੁਰਬਿਨ ਗਿਆਨ ਨਾ ਹੋਵੇ। ਪਹਿਲਾਂ ਤਾਂ ਮਨੁੱਖ ਦਾ ਇਹ ਭਰਮ ਦੂਰ ਕਰ ਦਿੰਦੇ ਨੇ ਸੱਚੇ ਪਾਤਸ਼ਾਹ ਵੀ ਪਰਮੇਸ਼ਵਰ ਦੀ ਸੂਝ ਗੁਰੂ ਤੋਂ ਬਿਨਾਂ ਕਿਸੇ ਹੋਰ ਜ਼ਰੀਏ ਹੋ ਸਕਦੀ ਹੈ। ਸਾਹਿਬ ਕਹਿੰਦੇ ਨੇ ਹੁੰਦੀ ਹੋਈ ਨਹੀਂ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਫੁਨ, ਅਕਨ ਕਟ ਹੈ ਸਭ ਤੇਰੇ, ਗੁਰ ਨਯਨ ਬਯਨ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰ ਨਾ ਦੇਖਿਓ ਨਹੁ ਕੀਓ, ਤੇ ਅਗਿਆਤ ਸੰਸਾਰ ਮੈਂ। ਭੱਟ ਜੀ ਕਹਿੰਦੇ ਨੇ, ਭੱਟ ਨਲ ਜੀ, ਵੀ ਗੁਰੂ ਤੋਂ ਬਿਨਾਂ ਹਨੇਰਾ ਹੈ। ਤੋ ਹਨੇਰਾ ਕਿਸ ਕਿਸਮ ਦਾ ਹੈ? ਸੱਚੇ ਪਾਤਸ਼ਾਹ ਜੀ ਦਾ ਸਲੋਕ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਆਸਾ ਜੀ ਦੀ ਵਾਰ ਦੇ ਵਿੱਚ ਆਰੰਭ ਦੇ ਵਿੱਚ ਹੀ। ਜੇ ਸੌ ਚੰਦਾ ਉਗਵੈ, ਸੂਰਜ ਚੜ੍ਹ ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹਦਾ ਮਤਲਬ ਜਿਹੜਾ ਦੁਨਿਆਵੀ ਗਿਆਨ ਹੈ ਉਹਦੇ ਨਾਲੋਂ ਉੱਤਮ, ਉਹਦੇ ਤੋਂ ਸਰਵੋਤਮ, ਉਹਦੇ ਉੱਪਰ ਵੀ ਕੋਈ ਗਿਆਨ ਹੈ, ਔਰ ਜਿਹੜਾ ਉਹਦੇ ਤੋਂ ਉੱਪਰਲਾ ਗਿਆਨ ਆ ਉਹਦੀ ਸੂਝ ਸਿਰਫ ਗੁਰੂ ਕੋਲ ਆ, ਉਹਦੀ ਜੁਗਤ ਸਿਰਫ ਗੁਰੂ ਕੋਲ ਆ, ਹੋਰ ਕਿਸੇ ਕੋਲ ਨਹੀਂ। ਜਦੋਂ ਸਾਹਿਬ ਕਹਿੰਦੇ ਨੇ ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਇੰਨਾ ਗਿਆਨ ਦੇ ਸੋਮੇ ਧਰਤੀ 'ਤੇ ਮੌਜੂਦ ਹੋਣ ਕਿਸੇ ਵੀ ਰੂਪ ਦੇ ਵਿੱਚ, ਇੰਟਲੈਕਚੁਅਲੀ ਜਿਵੇਂ ਅਸੀਂ ਕਹੀਏ, ਬੌਧਿਕ ਧਰਾਤਲ 'ਤੇ ਜਿੰਨੀ ਮਰਜ਼ੀ ਅਵੇਅਰਨੈਸ ਹੋਵੇ, ਇੰਨੀ ਅਵੇਅਰਨੈਸ ਹੋਵੇ ਜਿਵੇਂ ਚੰਦਰਮਾ ਅਤੇ ਸੂਰਜ ਹਜ਼ਾਰਾਂ ਜਾਂ ਸੈਂਕੜਿਆਂ ਦੀ ਗਿਣਤੀ 'ਚ ਹੋਣ, ਤਾਂ ਉਸ ਪ੍ਰਕਾਸ਼ ਦੇ ਨਾਲ ਪਦਾਰਥ ਦਿਸਦਾ ਹੈ, ਵਸਤੂਆਂ ਵੇਖ ਸਕਦਾ ਇਨਸਾਨ। ਅਕਲ ਦੇ ਨਾਲ ਮਨੁੱਖ ਹਰ ਸ਼ੈ ਦੇ ਦੁਆਲੇ ਘੁੰਮਦਾ ਹੈ, ਇਹ ਬੇਸਿਕ ਥਿਊਰੀ ਹੈ ਅਕਲ ਦੀ। ਅਕਲ ਦੇ ਨਾਲ ਮਨੁੱਖ ਜਿਹਦੀ ਵੀ ਖੋਜ ਕਰਦਾ ਉਹਦੇ ਦੁਆਲੇ ਘੁੰਮਦਾ, ਪਰ ਵਿਵੇਕ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਜਿਹੜਾ ਗਿਆਨ ਹੈ ਉਹਦੇ ਨਾਲ ਮਨੁੱਖ ਵਸਤੂ ਦੇ ਅੰਦਰ ਚਲਾ ਜਾਂਦਾ, ਉਹਦੇ ਰਹੱਸ ਤੱਕ ਜਾਂਦਾ, ਉਹਦੀ ਡੂੰਘਾਈ ਤੱਕ ਜਾਂਦਾ, ਔਰ ਉਹ ਰਹੱਸ ਜਿਹੜਾ ਉਹ ਮਨ ਦੀ ਗੱਲ ਆ, ਉਹ ਪਰਮੇਸ਼ਵਰ ਨੂੰ ਜਾਣਨ ਦੀ ਆ। ਉਹ ਜਿਹੜਾ ਇਸ ਸਾਰੀ ਕਾਇਨਾਤ ਦੇ ਵਿੱਚ ਮੌਜੂਦ ਆ, ਪਰ ਉਹਨੂੰ ਵੇਖਣ ਦਾ ਸਿਰਫ ਇੱਕੋ ਇੱਕ ਜ਼ਰੀਆ ਵੀ ਗੁਰੂ ਵਿਖਾ ਸਕਦਾ। ਤਾਂ ਸਾਹਿਬ ਕਹਿੰਦੇ ਨੇ ਗੁਰੂ ਬਿਨ ਗਿਆਨ ਨਾ ਹੋਵੇ, ਗੁਰੂ ਤੋਂ ਬਿਨਾਂ ਬਸ ਉਹ ਸੋਝੀ ਨਹੀਂ ਹੁੰਦੀ। ਹੋਰ ਮਨੁੱਖ ਗਿਆਨ ਦੇ ਕਿਸੇ ਵੀ ਖੇਤਰ 'ਚ ਕਿੱਥੋਂ ਤੱਕ ਵੀ ਜਾ ਸਕਦਾ ਹੈ? ਜੋ ਕੁਝ ਸਾਡੇ ਦੁਆਲੇ ਹੈ, ਜਿਹਨੂੰ ਅਸੀਂ ਯੂਜ਼ ਕਰਦੇ ਹਾਂ, ਦੇਖਦੇ ਹਾਂ, ਉਹ ਸਾਰੇ ਦਾ ਸਾਰਾ ਮਨੁੱਖ ਦੀ ਅਕਲ ਦਾ ਪਰਿਣਾਮ ਹੈ, ਉਹਦੀ ਖੋਜ ਦਾ ਨਤੀਜਾ ਹੈ ਜਿਹੜੀ ਉਹਦੀ ਅਕਲ ਨੇ ਕੀਤੀ ਅੱਜ ਤੱਕ। ਪਰ ਆ ਜਦੋਂ ਗ੍ਰੰਥ ਦੀ ਗੱਲ ਆਉਂਦੀ ਹੈ, ਗੁਰੂ ਦੀ ਗੱਲ ਆਊਗੀ, ਉਹ ਜਿਹੜਾ ਸਿਧਾਂਤ ਹੈ ਉਹ ਬਾਹਰ ਅਕਲ ਦੇ ਦਾਇਰਿਆਂ ਤੋਂ ਬਹੁਤ ਬਿਯੋਂਡ ਆ, ਅੱਗੇ ਹੈ, ਔਰ ਉਹਦੇ ਤੱਕ ਸਿਰਫ ਗੁਰੂ ਜਾਂਦਾ, ਔਰ ਗੁਰੂ ਲੈ ਕੇ ਜਾ ਸਕਦਾ, ਦੂਸਰੇ ਕੋਲ ਸਮਰੱਥਾ ਨਹੀਂ। ਨਾ ਸੁਖ ਵਸੈ ਮਨ ਆਏ, ਜਦੋਂ ਮਹਾਰਾਜ ਕਹਿੰਦੇ ਨੇ ਨਾ ਗੁਰਬਿਨ ਗਿਆਨ ਨਾ ਹੋ ਪਈ, ਇਹਦਾ ਮਤਲਬ ਕਿਸੇ ਐਸੇ ਗਿਆਨ ਦੀ ਗੱਲ ਹੋ ਰਹੀ ਹੈ ਜਿਸ ਗਿਆਨ ਦੀ ਪ੍ਰਾਪਤੀ ਨਾਲ ਅੰਦਰ ਸੁੱਖ ਪ੍ਰਾਪਤ ਹੁੰਦਾ, ਆਨੰਦ ਪ੍ਰਾਪਤ ਹੁੰਦਾ, ਕਿਉਂਕਿ ਉਹ ਦੂਜੀ ਗੱਲ 'ਚੋਂ ਗੱਲ ਸਪਸ਼ਟ ਹੋ ਗਈ ਨਾ, ਸੁੱਖ ਵਸੈ ਮਨ ਆਏ, ਇਹਦਾ ਮਤਲਬ ਜਿਹੜਾ ਦੂਸਰਾ ਗਿਆਨ ਹੈ ਉਹਦੇ ਨਾਲ ਸੁੱਖ ਨਹੀਂ ਮਿਲਦਾ, ਜੇ ਮਿਲਦਾ ਵੀ ਤਾਂ ਟੈਂਪਰੇਰੀ ਹੁੰਦਾ। ਇਸ ਕਰਕੇ ਧਰਤੀ 'ਤੇ ਜਿੰਨਾ ਪਦਾਰਥ ਆ, ਜਿੰਨੀ ਖੋਜ ਆ, ਜਿਸ ਵੀ ਰੂਪ ਦੇ ਵਿੱਚ ਆ, ਉਹਦੇ ਵਿੱਚੋਂ ਜਿਹੜਾ ਅਸੀਂ ਆਨੰਦ ਪ੍ਰਾਪਤ ਕਰਦੇ ਹਾਂ ਜਾਂ ਸੁੱਖ ਪ੍ਰਾਪਤ ਕਰਦੇ ਹਾਂ ਉਹ ਬਹੁਤ ਥੋੜ੍ਹ ਚਿਰਾ ਹੁੰਦਾ, ਉਸ ਤੋਂ ਬਾਅਦ ਮਨੁੱਖ ਆਪ ਹੀ ਉਹਦੇ ਤੋਂ ਉਦਾਸੀਨ ਹੋ ਜਾਂਦਾ, ਉਹਨੂੰ ਉਹ ਦੁਖੀ ਪ੍ਰਤੀਤ ਹੁੰਦੀਆਂ ਨੇ ਚੀਜ਼ਾਂ, ਫਿਰ ਉਹਨਾਂ ਤੋਂ ਉਹ ਦੂਰ ਭੱਜਣਾ ਚਾਹੁੰਦਾ, ਉਹਨਾਂ ਨੂੰ ਛੱਡਣਾ ਚਾਹੁੰਦਾ। ਮਹਾਰਾਜ ਉਸ ਸੁੱਖ ਦੀ ਗੱਲ ਕਰਦੇ ਨੇ ਜਿਸ ਸੁੱਖ ਦੇ ਨਾਲ ਅੰਦਰ ਆਨੰਦ ਦੀ ਅਵਸਥਾ ਤਾਰੀ ਹੁੰਦੀ ਹੈ, ਫਿਰ ਉਹ ਸੁੱਖ ਮਹਾਰਾਜ ਕਹਿੰਦੇ ਨੇ ਉਹ ਗੁਰੂ ਤੋਂ ਬਿਨਾਂ ਨਹੀਂ ਮਿਲਦਾ, ਮਨੁੱਖ ਜਿੰਨਾ ਮਰਜ਼ੀ ਭੱਜ ਲਏ। ਨਾਨਕ ਨਾਮ ਵਿਹੂਣੇ ਮਨ ਮੁਖੀ, ਜਾਸਨ ਜਨਮ ਗਵਾਏ।
ਅਤੇ ਜਿਨ੍ਹਾਂ ਗੁਰੂ ਤੋਂ ਬਗੈਰ, ਗੁਰੂ ਦੀ ਸਿੱਖਿਆ ਤੋਂ ਬਗੈਰ ਬਹੁਤ ਦੌੜ ਭੱਜ ਕੀਤੀ ਕਿਸੇ ਵੀ ਰੂਪ ਦੇ ਵਿੱਚ, ਭਾਵੇਂ ਅਕਲ ਦੇ ਖੇਤਰ 'ਚ ਕੀਤੀ ਹੋਵੇ, ਪਦਾਰਥ ਦੇ ਖੇਤਰ 'ਚ ਕੀਤੀ, ਰੱਬ ਨਾਲੋਂ ਟੁੱਟ ਕੇ ਕਿਸੇ ਹੋਰ ਦਿਸ਼ਾ ਦੇ ਵਿੱਚ ਮਨੁੱਖ ਜਿੱਥੋਂ ਤੱਕ ਵੀ ਗਿਆ। ਤੋ ਮਹਾਰਾਜ ਕਹਿੰਦੇ ਨੇ ਉਹ ਖੁਆਰੀ 'ਚ ਜੀਵਿਆ, ਖੁਆਰੀ ਦੇ ਵਿੱਚ ਮਰ ਗਿਆ। ਨਾਨਕ ਨਾਮ ਵੀ ਹੋਣੇ ਮਨਮੁਖੀ, ਉਹਨਾਂ ਕੋਲ ਪਰਮੇਸ਼ਵਰ ਦੀ ਜਿਹੜੀ ਬਖਸ਼ਿਸ਼ ਕੀਤੀ ਹੋਈ ਅੰਮ੍ਰਿਤ ਦਾਤ ਨਾਮ ਆ, ਜਿਹੜੀ ਗੁਰੂ ਦੇ ਜ਼ਰੀਏ ਮਿਲਦੀ ਆ, ਉਹਦੇ ਤੋਂ ਸੱਖਣੇ ਮਰ ਗਏ। ਔਰ ਜਿਹੜਾ ਉਹਦੇ ਤੋਂ ਸੱਖਣਾ ਮਰਿਆ, ਉਹ ਦੁੱਖ 'ਚ ਜੀਵਿਆ, ਦੁੱਖ 'ਚ ਮਰ ਗਿਆ। ਤੋ ਮਹਾਰਾਜ ਕਹਿੰਦੇ ਨੇ ਨਾਨਕ ਨਾਮ ਵੀ ਹੋਣੇ ਮਨਮੁਖੀ, ਐਸਿਆਂ ਦੀ ਪਹਿਚਾਣ ਕੀ ਸੀ? ਉਹ ਮਨਮੁਖੀ ਸਨ। ਦੋ ਗੱਲਾਂ ਨੇ ਗੁਰਬਾਣੀ 'ਚ ਜੋ ਸਪਸ਼ਟ ਨੇ, ਇੱਕ ਗੁਰਮੁਖਤਾਈ ਹੈ, ਇੱਕ ਮਨਮੁਖਤਾਈ ਹੈ। ਗੁਰਮੁਖਤਾਈ ਹੈ ਗੁਰੂ ਦੀ ਦੱਸੀ ਹੋਈ ਗੱਲ ਦੇ ਸਨਮੁਖ ਹੋਣਾ, ਯਾਨੀ ਉਹਨੂੰ ਬਾ ਅਮਲ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ, ਉਹਨੂੰ ਬਾ ਅਦਬ ਮੰਨ ਲੈਣਾ, ਉਹ ਹੈ ਗੁਰਮੁਖਤਾਈ। ਇੱਕ ਆ ਮਨਮੁਖਤਾਈ, ਜਿਹੜੀ ਮਨੁੱਖ ਦੇ ਅਕਲ ਦੇ ਵਿੱਚੋਂ ਨਿਕਲਦੀ ਗੱਲ, ਜਿਹੜੀ ਉਹ ਸੋਚਦਾ, ਜਿਹਨੂੰ ਉਹ ਠੀਕ ਮੰਨਦਾ। ਦੋਨਾਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਫਰਕ ਇਹ ਆ, ਜੇ ਗੁਰੂ ਦੇ ਪਿੱਛੇ ਲੱਗ ਕੇ ਮਨੁੱਖ ਤੁਰਿਆ, ਜਿੱਥੋਂ ਤੱਕ ਵੀ ਉਹਨੇ ਸਫ਼ਰ ਤੈਅ ਕੀਤਾ, ਉਹਦੇ ਵਿੱਚੋਂ ਸੁੱਖ ਪ੍ਰਾਪਤ ਹੋਏਗਾ। ਆਪਣੀ ਅਕਲ ਜਾਂ ਸਿਸਟਮ ਦੇ ਦੁਆਲੇ ਕਰਕੇ ਜਿੱਥੋਂ ਤੱਕ ਵੀ ਉਹਨੇ ਸਫ਼ਰ ਤੈਅ ਕੀਤਾ, ਉਹਦੇ ਵਿੱਚੋਂ ਸੁੱਖ ਮਿਲੂਗਾ। ਟੈਂਪਰੇਰੀ ਹੋ ਸਕਦਾ, ਪਰ ਉਹ ਦੁੱਖ ਦਾ ਕਾਰਨ ਬਣ ਜੂਗਾ। ਅੰਤ ਮਨੁੱਖ ਉਹਦੇ ਖੁਆਰ ਹੁੰਦਾ, ਦੁਖੀ ਹੋਊਗਾ, ਪਰ ਉਹ ਦੁੱਖ 'ਚ ਮਰੂਗਾ। ਸਾਨੂੰ ਨਾ ਬਾਰ ਬਾਰ ਜਦੋਂ ਬਾਣੀ ਐਵੇਂ ਦੱਸਦੀ ਹੈ ਜਾਂ ਧਾਰਮਿਕ ਫਲਸਫਾ ਹੀ ਦੱਸਦਾ, ਕਿਸੇ ਕੁਰਾਨ 'ਚ ਪੜੋਗੇ, ਬਾਈਬਲ 'ਚ ਪੜੋਗੇ, ਕੋਈ ਫਿਲਾਸਫੀ ਜਿਹੜੀ ਰਿਲੀਜੀਅਸ ਆ, ਸਪਿਰਚੁਅਲ ਆ, ਉਹਦਾ ਨਤੀਜਾ ਇਹ ਆ ਵੀ ਜੇ ਪੈਗੰਬਰ ਦੇ ਪਿੱਛੇ ਲੱਗ ਕੇ ਮਨੁੱਖ ਤੁਰਿਆ, ਗੁਰੂ ਦੇ ਪਿੱਛੇ ਲੱਗ ਕੇ ਤੁਰਿਆ, ਉਹ ਕਿਸੇ ਦਿਨ ਸੁੱਖ ਤੱਕ ਜਾਊਗਾ। ਔਰ ਯਕੀਨਨ ਜਿਹੜਾ ਉਹਦਾ ਤੁਰਨਾ ਵੀ, ਉਹ ਭਾਵੇਂ ਕਿਸੇ ਰੂਪ ਦੇ ਵਿੱਚ ਹੋਵੇ, ਉਹ ਸੁੱਖ ਦਾ ਕਾਰਨ ਬਣੂਗਾ, ਆਤਮਿਕ ਸੁੱਖ ਦਾ। ਤੋ ਜਿਹੜੀ ਦੂਸਰੀ ਆ, ਉਹਦੇ ਵਿੱਚ ਟੈਂਪਰੇਰੀ ਸੁੱਖ ਆਉਣਗੇ ਲਾਈਫ ਦੇ ਵਿੱਚ, ਪਰ ਉਹ ਬਹੁਤ ਛੋਟੇ ਪਲਾਂ ਦੇ ਹੋਣਗੇ, ਉਹਦੇ ਵਿੱਚੋਂ ਦੁੱਖ ਬਹੁਤ ਵੱਡਾ ਪ੍ਰਗਟ ਹੋਏਗਾ। ਮਨੁੱਖ ਜਿਹੜਾ ਮਨਮੁੱਖ ਆ, ਉਹਨਾਂ ਸੁੱਖਾਂ ਦੀ ਪ੍ਰਾਪਤੀ ਵਾਸਤੇ ਸਟਰਗਲ ਕਰਦਾ ਔਰ ਅੰਤ ਨੂੰ ਖੁਆਰ ਹੁੰਦਾ। ਜਿਹੜਾ ਗੁਰਮੁੱਖ ਆ, ਉਹ ਉਸ ਸੁੱਖ ਦੀ, ਆਤਮਿਕ ਸੁੱਖ ਦੀ ਪ੍ਰਾਪਤੀ ਵਾਸਤੇ ਗੁਰੂ ਅੱਗੇ ਤਰਲਾ ਲੈਂਦਾ, ਅੰਤ ਨੂੰ ਪ੍ਰਾਪਤ ਕਰ ਲੈਂਦਾ। ਮਹਾਰਾਜ ਕਹਿੰਦੇ ਨੇ ਨਾਨਕ ਨਾਮ ਵੀ ਹੋਣੇ ਮਨਮੁਖੀ, ਜਾਸਨ ਜਨਮ ਗਵਾਏ। ਜਿਹੜੇ ਆਪਣੇ ਪਿੱਛੇ, ਅਕਲ ਦੇ ਪਿੱਛੇ ਤੁਰਦੇ ਰਹੇ, ਆਪਣੀ ਮੱਤ ਦੇ ਪਿੱਛੇ ਤੁਰਦੇ ਰਹੇ, ਉਹਨਾਂ ਨੇ ਜਨਮ ਗਵਾ ਲਿਆ। ਮਹੱਲਾ ਤੀਜਾ, ਦੂਸਰਾ ਸਲੋਕ ਹੈ। ਸਿੱਧ ਸਾਧਿਕ ਨਾਵੇਂ ਨੂੰ ਸਭ ਖੋਜਦੇ, ਥੱਕ ਰਹੇ ਲਿਵ ਲਾਏ। ਨਾ ਸਿਰਫ ਅਕਲ ਵਾਲੇ ਲੋਕ, ਜਿਨ੍ਹਾਂ ਨੇ ਮਹਾਰਾਜ ਕਹਿੰਦੇ ਨੇ ਰੱਬ ਦੀ ਭਗਤੀ ਕੀਤੀ, ਪਰ ਪ੍ਰਾਪਤੀ ਦਾ ਕੋਈ ਉਹਨਾਂ ਨੇ ਟੀਚਾ ਮਿਥ ਲਿਆ ਵੀ ਮੇਰੇ ਕੋਲ ਕੋਈ ਸਪਿਰਿਚੁਅਲ ਪਾਵਰ ਆ ਜਾਏ, ਇੱਕ ਆ ਜਾਏ, ਜਿਵੇਂ ਰਿੱਧੀਆਂ ਸਿੱਧੀਆਂ ਨੇ, ਜਿਹੜੀਆਂ 9 ਰਿੱਧੀਆਂ 18 ਸਿੱਧੀਆਂ ਜਿਹੜੀਆਂ ਨੇ, ਉਹਨਾਂ ਦਾ ਜ਼ਿਕਰ ਹੈ ਉਸ ਸਿੱਧ ਟ੍ਰੈਡੀਸ਼ਨ ਦੇ ਵਿੱਚ, ਜੋਗੀ ਉਹਨਾਂ ਦੀ ਉਹਦੀ ਪ੍ਰਾਪਤੀ ਵਾਸਤੇ ਤਪੱਸਿਆ ਕਰਦੇ ਨੇ, ਹੈ ਨਾ। ਤੋ ਇਹ ਕਿਤੇ ਜਾ ਕੇ ਉਹਨਾਂ ਨੂੰ ਇੱਕੋ ਸਿੱਧੀ ਪ੍ਰਾਪਤ ਹੁੰਦੀ ਹੈ, ਔਰ ਉਹਦੀ ਇੱਕ ਸਿੱਧੀ ਦੀ ਪ੍ਰਾਪਤੀ ਤੋਂ ਬਾਅਦ ਉਹ ਦੁਨੀਆ ਉਹਨਾਂ ਦੇ ਚਰਨਾਂ 'ਚ ਝੁੱਕ ਜਾਂਦੀ, ਕੁਝ ਵੀ ਕਰ ਸਕਦੇ ਹੁੰਦੇ ਨੇ ਉਹਦੇ ਨਾਲ। ਤੋ ਮਹਾਰਾਜ ਕਹਿੰਦੇ ਨੇ ਵੀ ਉਹਨਾਂ ਲੋਕਾਂ ਨੇ ਵੀ ਯਤਨ ਕੀਤਾ, ਇਹਦਾ ਮਤਲਬ ਅਕਲ ਤੋਂ ਅਗਾਂਹ ਜਾ ਕੇ ਐਕਸਪੀਰੀਅੰਸ 'ਚ ਵੀ ਕਈ ਲੋਕ ਗਏ, ਸਿਰਫ ਅਕਲ ਤੱਕ ਨਹੀਂ ਰਹੇ, ਅਕਲ ਤੋਂ ਅਗਾਂਹ ਨਿਕਲ ਗਏ, ਉਹ ਸਪਿਰਿਚੁਅਲ ਐਕਸਪੀਰੀਅੰਸ 'ਚ ਵੀ ਗਏ, ਪਰ ਉੱਥੇ ਉਹਨਾਂ ਦੀ ਇੰਟੈਂਸ਼ਨ ਕਿਤੇ ਇੱਕ ਤਾਕਤ ਤੱਕ ਖੜੀ ਰਹੀ, ਉਹ ਸਨ ਸਿੱਧ। ਸਾਧਿਕ ਉਹ ਲੋਕ ਜਿਨ੍ਹਾਂ ਨੂੰ ਫਲਸਫੇ ਦਾ ਗਿਆਨ ਤਾਂ ਹੋਇਆ, ਸਪਿਰਿਚੁਅਲ ਗਿਆਨ ਤਾਂ ਪ੍ਰਾਪਤ ਸੀ ਉਹਨਾਂ ਦੇ ਕੋਲ ਸੀ, ਉਹ ਅਵੇਅਰਨੈਸ, ਲੋਕਾਂ ਨੂੰ ਉਹਦੀ ਸਿੱਖਿਆ ਵੀ ਦਿੰਦੇ ਰਹੇ, ਔਰ ਉਸ ਸਦਕਾ ਕਿਤੇ ਨਾ ਕਿਤੇ ਉਹ ਵੀ ਇੱਕ ਦਾਇਰੇ 'ਚ ਖੜ੍ਹੇ ਰਹੇ। ਜਦੋਂ ਉਸ ਦਾਇਰੇ 'ਚ ਖੜ੍ਹੇ ਰਹਿਣ ਕਰਕੇ ਉਹਨਾਂ ਨੇ ਸੰਤਾਪ ਹੰਡਾਇਆ, ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਵੀ ਸਾਡੇ ਵੀ ਦੁੱਖ ਦਾ ਕਾਰਨ ਬਣਦਾ। ਤੋ ਮਹਾਰਾਜ ਕਹਿੰਦੇ ਨੇ ਉਹਨਾਂ ਨੇ ਵੀ ਰੱਬ ਅੱਗੇ ਫਿਰ ਬੇਨਤੀ ਕੀਤੀ, ਨਾਵੇਂ ਨੂੰ ਸਭ ਖੋਜਦੇ, ਉਹ ਵੀ ਉਦੋਂ ਅੱਗੇ ਤੁਰੇ, ਉਹ ਵੀ ਨਾਮ ਦੀ ਖੋਜ 'ਚ ਨਿਕਲ ਪਏ। ਇਹਦਾ ਮਤਲਬ ਉਹ ਵੀ ਅਧਿਆਤਮਿਕ ਗੁਰੂ ਦੀ ਖੋਜ ਵਿੱਚ ਨਿਕਲੇ ਵੀ ਜਿਹਦੇ ਕੋਲੋਂ ਕੋਈ ਚੀਜ਼ ਪ੍ਰਾਪਤ ਹੋਏ ਨਾਮ ਰੂਪ ਦੇ ਵਿੱਚ, ਔਰ ਮਨ ਟਿਕ ਜਾਏ, ਅੰਦਰ ਸਕੂਨ ਆਏ, ਕਿਤੇ ਆਤਮਾ ਟਿਕੇ। ਥੱਕ ਰਹੇ ਲਿਵ ਲਾਏ, ਉਹਦੀ ਪ੍ਰਾਪਤੀ ਵਾਸਤੇ ਫਿਰ ਉਹਨਾਂ ਨੇ ਆਪਣੇ ਆਪ ਦੇ ਵਿੱਚ ਹੱਠ ਵੀ ਕੀਤਾ, ਕੋਸ਼ਿਸ਼ ਕੀਤੀ ਵੀ ਸ਼ਾਇਦ ਗੁਰੂ ਤੋਂ ਬਿਨਾਂ ਲੱਭ ਜੂਗੀ, ਕਰ ਲਈਏ ਕੋਸ਼ਿਸ਼। ਥੱਕ ਰਹੇ ਲਿਵ ਲਾਏ, ਗੁਰੂ ਉਹ ਮਾਰਗਦਰਸ਼ਕ ਆ, ਗਾਈਡ ਆ, ਜਿਹੜਾ ਸਾਡੇ ਅੰਦਰ
ਸਾਡੀ ਰੂਹ ਦੇ ਵਿੱਚ ਪਰਮੇਸ਼ਵਰੀ ਚੇਤਨਾ ਨੂੰ ਪ੍ਰਵੇਸ਼ ਕਰਨ ਦਾ ਦੁਆਰ ਖੋਲ੍ਹਦਾ, ਐਵੇਂ ਕਹੀਏ ਵੀ ਦਰਵਾਜ਼ਾ ਖੋਲ੍ਹ ਦਿੰਦਾ। ਉਹਦੇ ਬਿਨਾਂ ਉਹਨੂੰ ਖੋਲ੍ਹਣ ਦੀ ਕਿਸੇ ਕੋਲ ਸੱਤਿਆ ਜਾਂ ਤਾਕਤ ਹੈ ਹੀ ਨਹੀਂ। ਬਿਨ ਸਤਿਗੁਰ ਕਿਨੇ ਨਾ ਪਾਇਓ, ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਤਾਂ ਉਹ ਚੀਜ਼ ਮਿਲ ਹੀ ਨਹੀਂ ਸਕਦੀ ਸੀ, ਨਾ ਮਿਲੀ ਸਿੱਧਾਂ ਨੂੰ, ਨਾ ਹੀ ਮਿਲੀ ਅਧਿਆਤਮਿਕ ਚੇਤਨਾ ਰੱਖਣ ਵਾਲੇ ਉਹਨਾਂ ਪੁਰਖਾਂ ਨੂੰ ਜਿਨ੍ਹਾਂ ਨੇ ਥਿਊਰੀ ਦਾ ਅਧਿਐਨ ਕੀਤਾ। ਗੁਰਮੁਖ ਮਿਲੈ ਮਿਲਾਏ, ਸੱਚੇ ਪਾਤਸ਼ਾਹ ਫਿਰ ਮਿਲਦੀ ਕਿਹਨੂੰ ਹੈ? ਤੋ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਦੇ ਸਨਮੁੱਖ ਹੋ ਗਏ, ਜਿਹੜੇ ਗੁਰੂ ਵਾਲੇ ਹੋ ਗਏ। ਗੁਰੂ ਵਾਲੇ ਹੋ ਜਾਣ ਦਾ ਮਤਲਬ ਇਹ ਹੁੰਦਾ ਵੀ ਜੋ ਗੁਰੂ ਕਹੇ ਉਹ ਗੱਲ ਨੂੰ ਮੰਨਣਾ ਅਤੇ ਚੱਲਣਾ। ਰਸੂਲ ਵਾਲੇ ਉਹ ਹੋ ਜਾਂਦੇ ਨੇ ਵੀ ਜੋ ਰਸੂਲ ਨੇ ਕਿਹਾ ਉਹਨੂੰ ਫੋਲੋ ਕੀਤਾ। ਜਿਹੜੀ ਰਿਲੀਜੀਅਸ ਲਾਈਫ ਆ ਉਹ ਫੋਲੋ ਕਰਨਾ ਹੈ, ਸਮਝ ਨਹੀਂ। ਸਮਝ ਤਾਂ ਬਹੁਤ ਛੋਟੀ ਚੀਜ਼ ਹੈ ਇਸ ਮਾਮਲੇ 'ਚ। ਫੋਲੋ ਕਰਨਾ ਕਿੰਨਾ ਕਰ ਸਕਦੇ ਹਾਂ, ਕਿਉਂਕਿ ਮਨੁੱਖ ਪੂਰਨ ਇੱਕਦਮ ਕਦੀ ਵੀ ਨਹੀਂ ਹੋਊਗਾ, ਅਕਲ 'ਚ ਵੀ ਨਹੀਂ ਹੁੰਦਾ। ਇਹ ਤਾਂ ਫਿਰ ਅਧਿਆਤਮਿਕ ਚੇਤਨਾ ਹੈ। ਇਹਦਾ ਮਤਲਬ ਇਸ ਲਾਈਫ ਦੇ ਵਿੱਚ ਵੀ ਪੜਾਅ ਦਰ ਪੜਾਅ ਮਨੁੱਖ ਅੱਗੇ ਦੀ ਅਗਾਂ ਤਰੱਕੀ ਕਰਦਾ ਹੈ, ਪਰ ਉਹਦੇ ਵਿੱਚ ਜਦੋਂ ਉਹ ਬਾ ਅਮਲ ਹੁੰਦਾ ਹੈ, ਬਾ ਅਦਬ ਹੁੰਦਾ, ਉਦੋਂ ਕੁਝ ਪ੍ਰਾਪਤ ਕਰਦਾ ਹੈ। ਜਦੋਂ ਉਹ ਬਾ ਅਮਲ ਜਾਂ ਬਾ ਅਦਬ ਨਹੀਂ ਹੁੰਦਾ ਉਦੋਂ ਉਹਨੂੰ ਪ੍ਰਾਪਤੀ ਨਹੀਂ ਹੁੰਦੀ, ਭਾਵੇਂ ਉਸੇ ਵੇ ਦੇ ਉੱਤੇ ਤੁਰਦਾ ਰਹੇ। ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ। ਜਿਹਦੀ ਪ੍ਰਾਪਤੀ ਦੀ ਲੋਚਨਾ ਸਿੱਧ ਸਾਧਿਕ ਕਰਦੇ ਨੇ ਨਾਮ ਦੀ, ਉਸ ਪ੍ਰਾਪਤੀ ਤੋਂ ਬਿਨਾਂ, ਸਾਹਿਬ ਕਹਿੰਦੇ ਨੇ ਬਿਨ ਨਾਵੈ, ਉਸ ਉਹਨੂੰ ਮਿਲ ਪ੍ਰਾਪਤ ਕਰਨ ਤੋਂ ਬਿਨਾਂ, ਪਹਿਨਣ ਖਾਣ ਸਭ ਬਾਦ ਹੈ। ਖਾਣਾ ਪੀਣਾ ਮਹਾਰਾਜ ਕਹਿੰਦੇ ਨੇ ਵਿਅਰਥ, ਪਹਿਨਣਾ ਖਾਣਾ ਪੀਣਾ ਪਹਿਨਣਾ ਸਭ ਵਿਅਰਥ। ਤਿੱਗ ਸਿੱਧੀ ਤਿੱਗ ਕਰਮਾਤ, ਜੇ ਸਿੱਧੀ ਵੀ ਪ੍ਰਾਪਤ ਕਰ ਲਈ, ਕੋਈ ਕਰਾਮਾਤ ਵੀ ਪ੍ਰਾਪਤ ਕਰ ਲਏ ਮਨੁੱਖ, ਮਹਾਰਾਜ ਕਹਿੰਦੇ ਨੇ ਉਹ ਵੀ ਬੇਕਾਰ ਆ, ਵੀ ਜੇ ਉੱਥੋਂ ਤੱਕ ਨਹੀਂ ਮਨੁੱਖ ਪਹੁੰਚਿਆ। ਸਾ ਸਿੱਧ ਸਾ ਕਰਮਾਤ ਹੈ, ਫਿਰ ਸਿੱਧੀ ਅਤੇ ਕਰਾਮਾਤ ਹੈ ਕੀ? ਅਚਿੰਤ ਕਰੇ ਜਿਸ ਤਾਤ, ਜਿਹਦੇ 'ਤੇ ਪਰਮੇਸ਼ਵਰ ਰਹਿਮਤ ਕਰਕੇ ਅਚਿੰਤ ਹੁੰਦਾ ਹੈ, ਜਿਹੜੀ ਚੀਜ਼ ਸਾਡੇ ਸੋਚ ਮੰਡਲ 'ਚ ਵੀ ਨਹੀਂ ਰਹੀ, ਜਿਹਦੇ ਬਾਰੇ ਅਸੀਂ ਜਾਣਦੇ ਨਹੀਂ ਵੀ ਸਾਨੂੰ ਮਿਲੇਗੀ ਕਿ ਨਹੀਂ, ਪਰ ਤਰਲਾ ਰਿਹਾ। ਇੱਕ ਗੱਲ ਬੜੀ ਧਿਆਨ 'ਚ ਰੱਖਣ ਵਾਲੀ ਹੈ, ਇਹ ਤੱਤ ਕੱਢਿਆ ਹੋਇਆ ਸਿਆਣਿਆਂ ਨੇ ਵੀ ਜੋ ਅਸੀਂ ਹਾਂ, ਜੋ ਸਾਡੇ ਕੋਲ ਆ, ਉਹ ਸਾਡੀ ਮੰਗ ਰਹੀ ਹੈ। ਕਦੋਂ ਰਹੀ ਇਹ ਗੱਲ ਵੱਖਰੀ ਹੈ, ਪਰ ਮਿਲੀ ਜ਼ਰੂਰ, ਕਿਉਂਕਿ ਉਹਦੀ ਮੰਗ ਸੀ। ਜੇ ਮਨੁੱਖ ਪਰਮੇਸ਼ਵਰ ਦੀ ਭਗਤੀ ਮੰਗਦਾ ਹੈ, ਗੁਰੂ ਦੀ ਸੰਗਤ ਮੰਗਦਾ ਹੈ, ਗੁਰੂ ਕੋਲੋਂ ਗੁਰੂ ਦੀ ਮੱਤ ਮੰਗਦਾ ਹੈ, ਉਹਦੀ ਜੇ ਉਹ ਮੰਗ ਬਣੀ ਰਹਿੰਦੀ ਹੈ, ਉਹਦੀ ਪ੍ਰਾਪਤੀ ਵੀ ਹੁੰਦੀ ਹੈ। ਕਿਸੇ ਦਿਨ ਉਹਦਾ ਸਰੂਪ, ਉਹਦਾ ਚਾਲ ਚੱਲਣ, ਉਹਦਾ ਸਾਰਾ ਬਿਹੇਵ, ਉਹਦੇ ਵਿੱਚੋਂ ਗੁਰੂ ਦੀ ਉਹ ਸਿੱਖਿਆ ਰਿਫਲੈਕਟ ਹੁੰਦੀ ਹੈ, ਉਹਦਾ ਰਿਫਲੈਕਸ਼ਨ ਦਿਸੇਗਾ। ਇਹ ਹਕੀਕਤ ਹੈ, ਹੋਏਗਾ ਜੇ ਮੰਗ ਰਹੀ ਹੋਏਗੀ, ਜੇ ਮੰਗ ਨਹੀਂ ਰਹੀ ਉਹ ਹੋਏਗਾ ਵੀ ਨਹੀਂ। ਤਾਂ ਸਾਹਿਬ ਕਹਿੰਦੇ ਨੇ ਇਹ ਕਰਾਮਾਤ ਪਰਮੇਸ਼ਵਰ ਕਰਦਾ। ਫਿਰ ਇਹਦਾ ਮਤਲਬ ਮਨੁੱਖ ਕਈ ਵਾਰੀ ਮੰਗ ਕੇ ਵੀ ਚੀਜ਼ਾਂ ਭੁੱਲ ਜਾਂਦਾ। ਅਸੀਂ ਬਹੁਤ ਵਾਰੀ ਇਸ ਤਰ੍ਹਾਂ ਪਤਾ ਨਹੀਂ ਕਿੰਨੀਆਂ ਕੁ ਅਰਦਾਸਾਂ ਕਿਸ ਕਿਸ ਰੂਪ 'ਚ ਕੀਤੀਆਂ ਹੋਣੀਆਂ ਨੇ, ਫਿਰ ਅਸੀਂ ਭੁੱਲ ਗਏ। ਰੱਬ ਨਹੀਂ ਭੁੱਲਦਾ ਹੁੰਦਾ, ਉਹਦੀ ਯਾਦ 'ਚ ਰਹਿੰਦਾ, ਔਰ ਉਹਦੀ ਯਾਦ 'ਚ ਹੋਣ ਕਰਕੇ ਉਹ ਫਿਰ ਚੀਜ਼ਾਂ ਉਹ ਸਾਨੂੰ ਟਾਈਮ ਟੂ ਟਾਈਮ ਦਿੰਦਾ। ਤਾਂ ਜੇ ਮਨੁੱਖ ਦੇ ਅੰਦਰ ਉਹਦਾ ਜਿਹੜਾ ਮੌਜੂਦਾ ਉਹਦੀ ਮਾਨਸਿਕ ਸਟੇਜ ਆ, ਜਾਂ ਐਵੇਂ ਕਹੀਏ ਵੀ ਆਤਮਿਕ ਜਿਹੜੀ ਉਹਦੀ ਸਟੇਜ ਆ, ਉਹ ਅਗਿਆਨਤਾ ਵਾਲੀ ਆ, ਅਵੇਅਰਨੈਸ ਵਾਲੀ ਆ, ਜਾਂ ਸਪਿਰਿਚੁਅਲ ਆ, ਉਹਦਾ ਉਹ ਹੋਣਾ ਉਹਦੀ ਮੰਗ 'ਤੇ ਡਿਪੈਂਡ ਕਰਦਾ, ਜੋ ਪਹਿਲੇ ਸਮਿਆਂ 'ਚ ਉਹਦੀ ਰਹੀ ਹੋਊਗੀ। ਤਾਂ ਸਾਹਿਬ ਕਹਿੰਦੇ ਨੇ ਪਰਮੇਸ਼ਵਰ ਜਦੋਂ ਉਹ ਚੀਜ਼ ਪ੍ਰਗਟ ਕਰਦਾ, ਉਹ ਫਿਰ ਸਾਡੇ ਵਾਸਤੇ ਕਰਾਮਾਤ ਹੋ ਜਾਂਦੀ ਹੈ। ਕਈ ਵਾਰੀ ਸਾਡੀ ਜ਼ਿੰਦਗੀ 'ਚ ਯੂ ਟਰਨ ਆਉਂਦਾ, ਮਨੁੱਖ ਕਿਸੇ ਕੁਰਾਹੇ ਤੁਰਦਾ ਹੁੰਦਾ, ਪਰ ਉਹਨੂੰ ਇੱਕ ਵੇ ਮਿਲ ਜਾਂਦਾ, ਫਿਰ ਉਹ ਗੁਰੂ ਵਾਲੇ ਰਾਹ 'ਤੇ ਤੁਰਨ ਲੱਗ ਪੈਂਦਾ। ਇਹਦਾ ਮਤਲਬ ਵੀ ਕੁਝ ਨਾ ਕੁਝ ਪਿਆ ਸੀ ਹਿਡਨ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ, ਪੁਰਖ ਰਸਿਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ, ਨਾਨਕ ਜਨਮ ਜਨਮ ਕੀ ਸੋਈ ਜਾਗੀ। ਮਹਾਰਾਜ ਕਹਿੰਦੇ ਨੇ ਬੀਜ ਮਨੁੱਖ ਦੀ ਰੂਹ ਦੇ ਵਿੱਚ ਪਏ ਰਹਿੰਦੇ ਨੇ, ਔਰ ਉਹ ਸਮੇਂ ਦੇ ਨਾਲ ਪ੍ਰਗਟ ਹੁੰਦੇ ਨੇ। ਸਾਡਾ ਹੁਲੀਆ, ਸਾਡੀ ਇੰਟੈਂਸ਼ਨ, ਸਾਡੀ ਕਮਾਈ ਫਿਰ ਉਹਦੇ ਵਿੱਚੋਂ ਰਿਫਲੈਕਟ ਹੁੰਦੀ ਹੈ। ਸਾ ਸਿੱਧ ਸਾ ਕਰਮਾਤ ਹੈ, ਚਿੰਤ ਕਰੇ ਜਿਸ ਦਾਤ, ਉਹਦਾ ਫਿਰ ਟਾਈਮ ਕਦੋਂ ਹੈ ਕਿੱਥੇ ਹੈ ਰੱਬ ਜਾਣਦਾ, ਔਰ ਉਹ ਦਿੰਦਾ ਫਿਰ ਉਦੋਂ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਜਿਹੜੇ ਗੁਰੂ ਦੇ ਪ੍ਰੇਮ ਦੇ ਵਿੱਚ ਜੁੜਨ ਵਾਸਤੇ ਤਰਸ 'ਚ ਰਹੇ, ਤਰਸਦੇ ਰਹੇ,
ਅਰਦਾਸ 'ਚ ਜੁੜੇ ਰਹੇ। ਇੱਕ ਸਮਾਂ ਆਇਆ ਗੁਰੂ ਨੇ ਟੁੱਟ ਕੇ ਰਹਿਮਤ ਕਰਕੇ ਉਹ ਨਾਮ ਦੀ ਦਾਤ ਝੋਲੀ ਪਾ ਦਿੱਤੀ। ਇਹਾ ਸਿੱਧ ਇਹਾ ਕਰਾਮਾਤ, ਗੁਰੂ ਨਾਨਕ ਦੇ ਘਰ ਆਹੀ ਕਰਾਮਾਤ ਆਹੀ ਸਿੱਧੀ ਹੈ ਜਿਹੜੀ ਅਚਿੰਤ ਹੋਈ, ਗੁਰੂ ਨੇ ਬਖਸ਼ਿਸ਼ ਕਰਕੇ ਉਹ ਦਾਤ ਝੋਲੀ 'ਚ ਪਾ ਦਿੱਤੀ। ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵ ਹੈ ਹਰ ਗੁਣ ਛੰਤਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਆਪਾਂ ਤਾਂ ਆਪਣੇ ਖਸਮ ਦੇ ਦਰ ਦੇ ਢਾਡੀ ਹਾਂ। ਢਾਡੀ ਉਹ ਹੁੰਦਾ ਜਿਹੜੇ ਆਪਣੇ ਮਾਲਕ ਦੀ, ਆਪਣੇ ਖਸਮ ਦੀ ਸਿਫਤ ਦੇ ਵਿੱਚ ਗੱਲ ਕਰੇ, ਗਾਏ, ਬੋਲੇ। ਨਿਤ ਗਾਵ ਹੈ ਹਰ ਗੁਣ ਛੰਤਾ, ਛੰਤ ਗਾਉਣੇ ਉਹਦੀ ਉਸਤਤ ਦੇ ਵਿੱਚ। ਤੋ ਜਿਹੜੇ ਰੱਬੀ ਪ੍ਰੇਮ 'ਚ ਜੁੜੀਆਂ ਰੂਹਾਂ ਨੇ ਉਹ ਫਿਰ ਉਹਦੀ ਸਿਫਤ ਕਰਦੀਆਂ ਨੇ, ਕੋਈ ਗਾ ਕੇ ਕਰਦੀਆਂ ਨੇ, ਕੋਈ ਬੋਲ ਕੇ ਕਰਦੀਆਂ ਨੇ। ਹਰ ਕੀਰਤਨ ਕਰ ਹੈ ਹਰ ਜਸ ਸੁਣ ਹੈ। ਵੇਖੋ ਕਿੱਡੀ ਕਮਾਲ ਆ ਵੀ ਉਹ ਕੀਰਤਨ ਕਰਨਾ, ਉਹਦੇ ਜਸ ਨੂੰ ਗਾਉਣਾ, ਕਿਸੇ ਤਰੰਨੁਮ 'ਚ ਗਾਉਣਾ, ਰਾਗ 'ਚ ਗਾਉਣਾ, ਕਿਸੇ ਲੈਅ 'ਚ ਗਾਉਣਾ। ਹਰ ਜਸ ਸੁਣ ਹੈ, ਫਿਰ ਉਹਨੂੰ ਸੁਣਨ ਵਾਲੇ ਵੀ, ਸਿਰਫ ਗਾਉਣ ਵਾਲਾ ਨਹੀਂ ਜਿਹੜਾ ਸੁਣਦਾ ਹੈ। ਕਿਸ ਕਵਲਾ ਕੰਤਾ, ਦੋਨੇ ਸੇਮ ਹੀ ਨੇ। ਕੋਈ ਰਸ 'ਚ ਭਿੱਜ ਕੇ ਗਾ ਰਿਹਾ, ਕੋਈ ਬੈਠਾ ਰਸ 'ਚ ਉਹਨੂੰ ਸੁਣਦਾ, ਦੋਵੇਂ ਉਸ ਅਵਸਥਾ ਦੇ ਹੱਕਦਾਰ ਨੇ ਜਿਹੜੀ ਅੰਦਰ ਸਕੂਨ ਬਖਸ਼ਿਸ਼ ਕਰਦੀ ਹੈ। ਹਰ ਦਾਤਾ ਸਭ ਜਗਤ ਭਿਖਾਰੀ ਆ, ਉਹ ਪਰਮੇਸ਼ਵਰ ਜਿਹੜਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਆਪਾਂ ਸਾਰੇ ਮੰਗਦੇ ਹਾਂ। ਮੰਗਤ ਜਨ ਜਨਤਾ, ਸਾਰੀ ਜਨਤਾ ਜਿਹੜੀ ਜੰਤ ਜੀ ਜਿਹੜੇ ਨੇ ਇਹ ਸਾਰੇ ਮੰਗਤੇ ਨੇ ਉਹਦੇ ਦਰ 'ਤੇ, ਉਹਦੇ ਤੋਂ ਮੰਗਦੇ ਨੇ। ਇਹਦਾ ਮਤਲਬ ਜੋ ਜੋ ਅਸੀਂ ਹਾਂ, ਜੋ ਜੋ ਸਾਡੇ ਕੋਲ ਆ, ਉਹ ਸਾਡੀ ਮੰਗ ਸੀ ਵੀ ਸਾਨੂੰ ਆਹ ਦੇ ਦੇ, ਉਹਨੇ ਦੇ ਦਿੱਤਾ। ਜਦੋਂ ਉਹਦਾ ਪ੍ਰੇਮ ਮੰਗਿਆ ਫਿਰ ਪ੍ਰੇਮ ਵੀ ਝੋਲੀ ਪੈਂਦਾ। ਹਰ ਦੇਵ ਹੋ ਦਾਨ ਦਿਆਲ ਹੋਏ। ਹੁਣ ਸੱਚੇ ਪਾਤਸ਼ਾਹ ਜਾਚ ਸਿਖਾਉਂਦੇ ਨੇ ਵੀ ਮੰਗਣਾ ਕੀ ਹੈ ਅਤੇ ਕਿਵੇਂ ਮੰਗਣਾ, ਫਿਰ ਉਹ ਕਿਵੇਂ ਦਿੰਦਾ। ਹਰ ਦੇਵ ਹੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਭਗਤ ਧੰਨਾ ਜੀ ਦਾ ਸ਼ਬਦ ਹੈ, ਪਾਥਰ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀਂ ਕਹਿ ਧੰਨਾ, ਪੂਰਨ ਤਾਹੂ ਕੋ ਮਾਤਰੇ ਜੀਡ ਰਾਹੀ। ਅੰਦਨੇ ਇੱਕ ਪੱਥਰ ਆ, ਪੱਥਰ ਦੇ ਵਿੱਚ ਇੱਕ ਜੀ ਰੱਬ ਨੇ ਪੈਦਾ ਕੀਤਾ, ਇੱਕ ਕੀੜਾ। ਉਹ ਪੱਥਰ ਦੇ ਵਿੱਚ ਕੋਈ ਰਾਹ ਨਹੀਂ, ਨਾ ਬਾਹਰ ਆਉਣ ਨੂੰ ਨਾ ਅੰਦਰ ਜਾਣ ਨੂੰ, ਰੱਬ ਨੇ ਉਹਦੇ ਵਿੱਚ ਹੀ ਪੈਦਾ ਕੀਤਾ, ਉਹਨੂੰ ਉੱਥੇ ਭੋਜਨ ਦਿੰਦਾ। ਬਾਬਾ ਧੰਨਾ ਜੀ ਕਹਿੰਦੇ ਨੇ ਵੀ ਇਹ ਮਨੁੱਖ, ਜੇ ਉਹਨੇ ਪੱਥਰਾਂ ਦੇ ਵਿੱਚ ਕੀੜੇ ਬਣਾਏ, ਉਹ ਪੱਥਰਾਂ 'ਚ ਜਾਣ ਨੂੰ ਕੋਈ ਰਾਹ ਨਹੀਂ, ਉਹ ਉਹਨਾਂ ਨੂੰ ਉੱਥੇ ਪ੍ਰਤੀਪਾਲਣਾ ਕਰਦਾ ਉਹਨਾਂ ਦੀ, ਉਹਨਾਂ ਨੂੰ ਉੱਥੋਂ ਤੱਕ ਰਿਜਕ ਦਿੰਦਾ, ਤੂੰ ਰਿਜਕ ਦੇ ਸੰਤਾਪ ਦੇ ਵਿੱਚ ਦੁਖੀ ਕਿਉਂ ਆ, ਤੂੰ ਕਿਉਂ ਨਹੀਂ ਉਹਦੇ ਯਕੀਨ 'ਚ ਖੜਦਾ, ਉਹ ਤੈਨੂੰ ਵੀ ਤਾਂ ਸਰਸ਼ਾਰ ਕਰੇਗਾ ਨਾ ਹਰ ਉਸ ਚੀਜ਼ ਨਾਲ ਜੋ ਤੇਰੀ ਲੋੜ ਆ। ਪਰ ਮਨੁੱਖ ਇਸ ਯਕੀਨ 'ਚੋਂ ਬਾਹਰ ਆ। ਮਹਾਰਾਜ ਕਹਿੰਦੇ ਨੇ ਇਸ ਕਰਕੇ ਤੂੰ ਬਖਸ਼ਿਸ਼ ਕਰ, ਜਿਵੇਂ ਤੂੰ ਉਹਨਾਂ ਕੀੜਿਆਂ ਨੂੰ ਦਿੰਦਾ ਨਾ, ਬਿਨਾਂ ਉਹਨਾਂ ਦੀ ਮੰਗ ਤੋਂ, ਬਿਨਾਂ ਕਿਸੇ ਐਫਰਟ ਤੋਂ, ਤੂੰ ਆਪਣੇ ਆਪ ਹੀ ਦੇਈ ਜਾਂਦਾ ਉਹਨਾਂ ਨੂੰ। ਸਾਡੇ 'ਤੇ ਵੀ ਦਇਆ ਕਰ, ਸਾਨੂੰ ਉਸ ਕੀੜਿਆਂ ਵਰਗੇ ਤੂੰ ਸਮਝ, ਵੀ ਸਾਡੇ 'ਤੇ ਰਹਿਮਤ ਕਰਕੇ ਤੂੰ ਆਪਣੀ ਯਾਦ 'ਤੇ ਸਾਡੇ ਹਿਰਦੇ ਵਿੱਚ ਪੈਦਾ ਕਰ। ਇਹ ਪਰਮੇਸ਼ਵਰ ਕਰਦਾ। ਤਾਂ ਜਦੋਂ ਰੱਬ ਕਿਸੇ ਰੱਬੀ ਪ੍ਰੇਮ ਵਾਲੇ ਜੀ ਨੂੰ ਯਾਦ ਆਉਂਦਾ ਨਾ, ਉਹ ਆਪਣੇ ਗੁਰੂ ਦਾ ਥੈਂਕਸ ਕਰਦਾ, ਉਹ ਰੱਬ ਦਾ ਥੈਂਕਸ ਕਰਦਾ ਵੀ ਸ਼ੁਕਰ ਆ ਤੂੰ ਯਾਦ 'ਚ ਆਇਆ। ਇਹਦਾ ਮਤਲਬ ਵੀ ਉਹਦੀ ਯਾਦ ਵੀ ਉਹਦੀ ਇਜਾਜ਼ਤ ਬਿਨਾਂ ਨਹੀਂ ਆਉਂਦੀ। ਤੋ ਮਨੁੱਖ ਨੇ ਸਿਰਫ ਉਹਦੇ 'ਤੇ ਪ੍ਰਤੀ ਅਵੇਅਰ ਹੋਣਾ। ਹਰ ਦੇਵ ਹੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਰਾਮਦਾਸ, ਗੁਰੂ ਗਰੀਬ ਨਿਵਾਜ, ਪਰਮੇਸ਼ਵਰ ਨੇ ਬਖਸ਼ਿਸ਼ ਕਰਕੇ ਗੁਰੂ ਮਿਲਾਇਆ, ਗੁਰੂ ਨੇ ਆਪਣੀ ਸਿੱਖਿਆ ਦਿੱਤੀ, ਔਰ ਸਿੱਖਿਆ ਕੀ ਸੀ? ਪਰਮੇਸ਼ਵਰ ਦੀ ਸਿਫਤ ਦੀ। ਬਸ ਉਹਦਾ ਢਾਡੀ ਹੋ ਗਿਆ, ਆਪਣੇ ਖਸਮ ਦੇ ਬੋਲ ਬੋਲਣ ਲੱਗ ਗਿਆ, ਜਿਹਦੇ ਨਾਲ ਅੰਦਰ ਸੁੱਖ ਪ੍ਰਾਪਤ ਹੋਇਆ, ਰੂਹ ਸ਼ਾਂਤ ਹੋ ਗਈ, ਸਾਰੇ ਝੇੜੇ ਖਤਮ ਹੋ ਗਏ। ਇਹ ਲਾਈਫ ਦਾ ਐਂਡ ਆ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਅਸੀਂ ਸੰਪੂਰਨਤਾ ਦੇ ਵੇਹ 'ਤੇ ਹਾਂ। ਮਨੁੱਖ ਕੋਲ ਟਾਈਮ ਹੈ, ਮਨੁੱਖ ਕੋਲ ਅਵੇਅਰਨੈਸ ਹੈ, ਮਨੁੱਖ ਕੋਲ ਓਪਰਚੁਨਿਟੀ ਹੈ, ਮਨੁੱਖ ਕੋਲ ਗੁਰੂ ਦਾ ਉਪਦੇਸ਼ ਹੈ। ਕਦੋਂ ਉਹਨੂੰ ਫੜਦਾ, ਕਦੋਂ ਉਹਦੇ ਅੰਦਰ ਉਹ ਤਰਲਾ ਜਨਮ ਲੈਂਦਾ, ਕਦੋਂ ਉਹਦੇ ਅੰਦਰ ਉਹ ਮੰਗ ਬਣਦੀ ਹੈ, ਬਸ ਵਕਤ ਇਸ ਉਡੀਕ 'ਚ ਆ। ਜਿੱਦਣ ਮਨੁੱਖ ਅਵੇਅਰ ਹੋਏਗਾ, ਗੁਰੂ ਉਂਗਲ ਫੜ ਕੇ ਉਹਨੂੰ ਉੱਥੋਂ ਤੱਕ ਲੈ ਕੇ ਜਾਏਗਾ। ਇਹ ਗੁਰੂ ਦਾ ਬਿਰਧ ਹੈ। ਫੁੱਲ ਚੁੱਕ ਦੀ ਖਿਮਾ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।